ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਵੈਦ ਜਗਜੀਤ ਸਿੰਘ ਬਾਈ ਚੇਅਰਮੈਨ ਬੋਰਡ ਆਫ ਹਰਬੀਦਾ ਪੰਜਾਬ ਰਾਸ਼ਟਰੀ ਗੁਰੂ ਔਰ ਸਟੇਟ ਅਵਾਡੀ ਬਾਈ ਪੰਜਾਬ ਗਵਰਨਮੈਂਟ ਅੱਜ ਆਪਾਂ ਗੱਲ ਕਰਾਂਗੇ ਸਕਿਨ ਪ੍ਰੋਬਲਮਸ ਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਸਕਿਨ ਦੇ ਉੱਪਰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਹੈ ਐਕਨੇ ਤੋਂ ਲੈ ਕੇ ਬੋਇਲਸ ਤੋਂ ਲੈ ਕੇ ਜਿਹਨੂੰ ਅਸੀਂ ਪੀੜ ਕਾਏ ਕਹਿ ਦਿੰਨੇ ਹੈਗੇ ਸੋਰਾਈਸਿਸ ਤੋਂ ਲੈ ਕੇ ਜਾਂ ਇਕ ਆਮ ਡਰਮਟਾਈਟਿਸ ਤੋਂ ਲੈ ਕੇ ਫੰਗਸ ਤੋਂ ਲੈ ਕੇ ਇਹ ਸਾਰੀਆਂ ਪ੍ਰੋਬਲਮ ਜਿਹੜੀਆਂ ਨੇਗੀਆਂ ਇਹ ਡਿਊ ਟੂ ਪਿੱਤ ਹੁੰਦੀਆਂ ਨੇ ਆਯੁਰਵੇਦ ਦੇ ਵਿੱਚ ਤਿੰਨ ਦੋਸ਼ਾਂ ਬਾਰੇ ਮੈਂ ਆਪ ਦੱਸਦਾ ਹੁੰਦਾ ਤੁਹਾਨੂੰ ਵਾਤ ਪਿੱਤ ਔਰ ਕਫ ਜਿਹੜਾ ਪਿੱਤ ਦਾ ਸਥਾਨ ਹੈ ਉਹ ਸਾਡਾ ਲਿਵਰ ਹੈਗਾ ਜਿਹਨੂੰ ਅਸੀਂ ਕਿਚਨ ਆਪਦੇ ਬਾਡੀ ਦੀ ਕਿਚਨ ਵੀ ਕਹਿ ਦਿੰਦੇ ਆ ਲਿਵਰ ਯਕਰਤ ਕਈ ਇਹਨੂੰ ਆਮ ਭਾਸ਼ਾ ਵਿੱਚ ਮੇਧਾ ਵੀ ਕਹਿੰਦੇ ਨੇ ਜਿਹੜਾ ਪਿੱਤ ਦਾ ਸਥਾਨ ਹੈਗਾ ਉਹ ਲਿਵਰ ਹੈਗਾ ਜਦ ਤੱਕ ਅਸੀਂ ਲਿਵਰ ਦੇ ਐਨਜ਼ਾਈਮਸ ਨੂੰ ਲਿਵਰ ਤੋਂ ਦੇ ਪਿਤ ਨੂੰ ਬੈਲੈਂਸ ਨਹੀਂ ਕਰਾਂਗੇ ਤਾਂ ਸਾਡੀ ਕੋਈ ਵੀ ਪ੍ਰੋਬਲਮ ਜਿਹੜੀ ਹੈ ਉਹ ਠੀਕ ਨਹੀਂ ਹੋਏਗੀ ਮੈਂ ਅਕਸਰ ਦੇਖਦਾ ਆ ਆਪਣੇ ਮਰੀਜ਼ਾਂ ਦੇ ਨਾਲ ਕਿ ਅਸੀਂ ਬਾਹਰੋਂ ਦਵਾਈਆਂ ਲੈਣੀ ਸ਼ੁਰੂ ਕਰ ਦਿੰਨੇ ਆ ਬਾਹਰੋਂ ਇਸ ਤਰ੍ਹਾਂ ਦੇ ਕੋਈ ਸਪਲੀਮੈਂਟ ਲੈਣੇ ਸ਼ੁਰੂ ਕਰ ਦਿੰਨੇ ਆ ਪਰ ਜਦ ਤੱਕ ਅਸੀਂ ਪਿਤ ਨੂੰ ਜਾਂ ਲਿਵਰ ਦੀ ਗਰਮੀ ਨੂੰ ਠੀਕ ਨਹੀਂ ਕਰਾਂਗੇ ਖਾਸ ਤੌਰ ਤੇ ਜਿੰਨੇ ਵੀ ਗਰਮ ਦੇਸ਼ ਨੇਗੇ ਉਹਨਾਂ ਦੇ ਵਿੱਚ ਇਹ ਪ੍ਰੋਬਲਮ ਜ਼ਿਆਦਾ ਹੁੰਦੀਆਂ ਨੇ ਜਾਂ ਜਿੱਥੇ ਹਿਊਮਿਡਿਟੀ ਜ਼ਿਆਦਾ ਹੋਏਗੀ ਜਿੱਥੇ ਜਿਵੇਂ ਇੰਡੀਆ ਦੇ ਵਿੱਚ ਸਾਡੇ ਬੰਬੇ ਹੈ ਗੁਜਰਾਤ ਦੇ ਜਿੰਨੇ ਵੀ ਸਾਡੇ ਸਮੁੰਦਰ ਦੇ ਨਾਲ ਨੇੜਲੇ ਇਲਾਕੇ ਨੇਗੇ ਉਥੇ ਇਹ ਪ੍ਰੋਬਲਮ ਜ਼ਿਆਦਾ ਹੁੰਦੀਆਂ ਨੇਗੀਆਂ ਉਹਦਾ ਕਾਰਨ ਹਿਊਮਿਡ ਐਸਟਾ ਦਾ ਐਟਮੋਸਫੀਅਰ ਦਾ ਟੈਂਪਰੇਚਰ ਦਾ ਹੋਣਾ ਉਹਦੇ ਵਿੱਚ ਇਹ ਜਿਹੜੀਆਂ ਪ੍ਰੋਬਲਮ ਨੇਗੀਆਂ ਇਹ ਜ਼ਿਆਦਾ ਹੁੰਦੀਆਂ ਨੇਗੀਆਂ ਜਿਸ ਤਰ੍ਹਾਂ ਕਿ ਆਸਟ੍ਰੇਲੀਆ ਹੈ ਉਥੇ ਵੀ ਸਮੁੰਦਰ ਦੇ ਨੇੜੇ ਤੁਸੀਂ ਦੇਖਿਆ ਹੋਣਾਗਾ ਕੈਲਗਰੀ ਹੈ ਕੈਨੇਡਾ ਦੇ ਵਿੱਚ ਉਥੇ ਵੀ ਪਹਾੜਾਂ ਦੇ ਵਿਚਕਾਰ ਬਸਿਆ ਹੋਇਆ ਉਹ ਉਸ ਏਰੀਆ ਦੇ ਵਿੱਚ ਜਿਹੜਾ ਹੈ ਔਰ ਇਹਦੇ ਵਿੱਚ ਨਾਲ ਸਵਾਸ ਰੋਗ ਅਸਥਮਾ ਬਹੁਤ ਹੁੰਦਾ ਲੋਕਾਂ ਨੂੰ ਉਹ ਵੀ ਇਹਦੇ ਨਾਲ ਰਿਲੇਟਡ ਹੈਗਾ ਪਰ ਅੱਜ ਆਪਾਂ ਸ킨 ਦੀ ਗੱਲ ਕਰ ਰਹੇ ਹਾਂ ਸੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਦ ਤੱਕ ਅਸੀਂ ਆਪਣੀ ਪਿਤ ਨੂੰ ਸ਼ਮਨ ਨਹੀਂ ਕਰਾਂਗੇ ਬੈਲੈਂਸ ਨਹੀਂ ਕਰਾਂਗੇ ਤਾਂ ਦਵਾਈਆਂ ਖਾਣ ਦਾ ਬਹੁਤ ਘੱਟ ਫਰਕ ਪੈਗਾ ਹੁਣ ਇਹਦੇ ਵਿੱਚ ਆ ਜਾਂਦਾ ਹੈਗਾ ਵੀ ਜਿੰਨੇ ਵੀ ਇਹ ਪ੍ਰੋਬਲਮ ਹੋਣਗੇ ਡਰਮੋਟਾਈਟਸ ਹੈ ਫੰਗਸ ਹੈ ਸੋਰਾਈਸਿਸ ਹੈ ਹਰੇਕ ਚੀਜ਼ ਦਾ ਇਲਾਜ ਸਹੀ ਮੈਨੇ ਦੇ ਵਿੱਚ ਆਯੁਰਵੇਦ ਵਿੱਚ ਹੈ ਲੇਕਿਨ ਅਸੀਂ ਉਹਨੂੰ ਕਿਵੇਂ ਲੈਣਾ ਹੈਗਾ ਸਾਡੇ ਘਰ ਦੇ ਵਿੱਚ ਆਯੁਰਵੇਦ ਹੈ ਸਾਡੀ ਜਿਹੜੀ ਕਿਚਨ ਹੈ ਨਾ ਉਹਦੇ ਵਿੱਚ ਸਭ ਕੁਝ ਜੋ ਅਸੀਂ ਖਾਂਦੇ ਆ ਜੋ ਅਸੀਂ ਪੀਂਦੇ ਆ ਇਹ ਸਭ ਆਯੁਰਵੇਦ ਸਾਇੰਸ ਹੀ ਹੈ ਇਹਨੂੰ ਪੁਰਾਣੇ ਐਂਸ਼ੀਅੰਟ ਸਾਇੰਸ ਕਹਿ ਦਿੰਦੇ ਆ ਜਿੰਨੀਆਂ ਵੀ ਸਾਇੰਸ ਅੱਗੇ ਬਣੀਆਂ ਨੇ ਸਾਡੇ ਕਾਇਆ ਨੂੰ ਸੁੱਖ ਸੁਵਿਧਾ ਦੇ ਵਾਸਤੇ ਚਾਹੇ ਉਹ ਸਰਜੀ ਵਾਸਤੇ ਉਹ ਸਭ ਇਸ ਸਾਇੰਸ ਤੋਂ ਹੀ ਨਿਕਲੀਆਂ ਨੇਗੀ ਸੋ ਹੁਣ ਅਸੀਂ ਕਿਵੇਂ ਲੈਣਾ ਹੈਗਾ ਸਭ ਤੋਂ ਪਹਿਲਾਂ ਉਹੀ ਗੱਲ ਜਿਵੇਂ ਮੈਂ ਤੁਹਾਨੂੰ ਦੱਸਦਾ ਹੁੰਦਾ ਆਪਣੇ ਖਾਣ ਪੀਣ ਨੂੰ ਠੀਕ ਕਰੋ ਪਿੱਤ ਨਾਲ ਵਧਣ ਵਾਲੀਆਂ ਚੀਜ਼ਾਂ ਜਿੰਨੀਆਂ ਵੀ ਨੇਗੀਆਂ ਸਾਤਵਿਕ ਸਾਤਵਿਕ ਹੋ ਜੋ ਨਾਨ ਵੇਜ ਬਿਲਕੁਲ ਬੰਦ ਕਰ ਦੋ ਕਿਉਂਕਿ ਜਿੰਨੀਆਂ ਵੀ ਨਾਨ ਵੇਜ ਵਾਲੀਆਂ ਚੀਜ਼ਾਂ ਨੇਗੀਆਂ ਐਗ ਹੈ ਮਟਰਨ ਹੈ ਜਿੰਨੇ ਵੀ ਇਹ ਮੀਟ ਨੇਗੇ ਇਹ ਸਾਰੇ ਸਾਡੇ ਪਿੱਤ ਨੂੰ ਵਧਾਉਂਦੇ ਨੇਗੇ ਅਗਰ ਅਸੀਂ ਮੈਡੀਸਨ ਵੀ ਖਾਵਾਂਗੇ ਨਾਲ ਪਿੱਤ ਨੂੰ ਵਧਾਉਣ ਵਾਲੀਆਂ ਚੀਜ਼ਾਂ ਵੀ ਖਾਵਾਂਗੇ ਤਾਂ ਸਾਡੀ ਉਹ ਸਕਿਨ ਪ੍ਰੋਬਲਮ ਠੀਕ ਨਹੀਂ ਹੋਣਗੀਆਂ ਤਾਂ ਜਿਵੇਂ ਡਰਾਈ ਫਰੂਟ ਵੀ ਨੇਗੇ ਡਰਾਈ ਫਰੂਟ ਦੇ ਵਿੱਚ ਜਿਹੜੇ ਕਾਜੂ ਨੇ ਨਿਓਜ਼ੇ ਨੇ ਅਖਰੋਟ ਹੈਗਾ ਇਹਨੂੰ ਉਸ ਸੀਮਤ ਮਾਤਰਾ ਵਿੱਚ ਤਾਂ ਖਾ ਸਕਦੇ ਆਂ ਅਗਰ ਥੋੜੀ ਜਿਹੀ ਡੋਜ਼ ਜ਼ਿਆਦਾ ਲਵਾਂਗੇ ਤਾਂ ਸਾਡੀਆਂ ਪ੍ਰੋਬਲਮ ਜ਼ਿਆਦਾ ਵੱਧ ਜਾਣਗੀਆਂ ਹਾਂ ਬਾਦਾਮ ਕਿਸ਼ਮਿਸ ਇਹ ਚੀਜ਼ਾਂ ਅਸੀਂ ਨਾਰਮਲੀ ਖਾ ਸਕਦੇ ਆਂ ਫਿਰ ਅਸੀਂ ਆਉਂਦਾ ਹੈਗਾ ਵੀ ਇਹਨੂੰ ਠੀਕ ਕਿਵੇਂ ਕਰਨਾ ਹੈਗਾ ਠੀਕ ਕਰਨ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਨੇਗੀਆਂ ਘਰ ਦੇ ਵਿੱਚ ਜਿਵੇਂ ਹਲਦੀ ਹੈ ਹਲਦੀ ਨੂੰ ਆਮ ਤੌਰ ਤੇ ਲੋਕ ਇਹ ਸੋਚਦੇ ਨੇ ਕਿ ਇਹ ਗਰਮ ਹੁੰਦੀ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਦੋਸਤੋ ਕਿ ਹਲਦੀ ਐਂਟੀਬਾਡੀਜ਼ ਨੂੰ ਸਟਰੋਂਗ ਕਰਦੀ ਹੈ ਬਲੱਡ ਪਿਰੀਫਾਈ ਹੈ ਔਰ ਇਹ ਗਰਮ ਨਹੀਂ ਹੁੰਦੀ ਔਰ ਇਹ ਨੂੰ ਖਾਣ ਦੇ ਨਾਲ ਇਹਦਾ ਹਾਂ ਇੱਕ ਤਰੀਕਾ ਹੈਗਾ ਤਰੀਕਾ ਤਾਂ ਦੇਖੋ ਹਰ ਇੱਕ ਚੀਜ਼ ਦਾ ਹੀ ਹੈ ਜੇ ਅਸੀਂ ਖਾਣਾ ਵੀ ਠੀਕ ਮਾਤਰਾ ਚੋਂ ਠੀਕ ਤਰੀਕੇ ਨਾਲ ਨਹੀਂ ਖਾਵਾਂਗੇ ਉਹਦੇ ਵੀ ਦੁਸ਼ਪ੍ਰਭਾਵ ਨੇ ਬੈਡ ਇਫੈਕਟ ਨੇਗੇ ਹਲਦੀ ਦਾ ਜਿਹੜਾ ਅਬਜ਼ੌਰਬੈਂਟ ਹੈਗਾ ਉਹ ਸਭ ਤੋਂ ਅੱਛਾ ਮਿਲਕ ਹੈਗਾ ਉਹ ਵੀ ਮੈਂ ਇਹ ਤੁਹਾਨੂੰ ਐਡਵਾਈਸ ਕਰਾਂਗਾ ਕਿ ਗਰਮ ਦੁੱਧ ਦੇ ਵਿੱਚ ਹਲਦੀ ਪਾ ਕੇ ਲੋ ਜੇ ਤੁਸੀਂ ਠੰਡੇ ਦੁੱਧ ਵਿੱਚ ਹਲਦੀ ਲਓਗੇ ਤਾਂ ਉਹਦਾ ਕਾਫੀ ਸਾਰੀ ਜਿਹੜਾ ਮਾਤਰਾ ਉਹ ਟਾਇਲਟ ਰਾਹੀਂ ਬਾਥਰੂਮ ਰਾਹੀਂ ਬਾਹਰ ਨਿਕਲ ਜਾਏਗੀ ਬੋਡੀ ਉਸ ਨੂੰ ਅਡਾਪਟ ਨਹੀਂ ਕਰੇਗੀ ਸੋ ਰਾਤ ਨੂੰ ਸੌਣ ਲੱਗੇ ਕਿਉਂਕਿ ਦੁੱਧ ਦਾ ਜਿਹੜਾ ਵਿਧਾਨ ਹੈ ਨਾ ਪੀਣ ਦਾ ਉਹ ਸਾਡੇ ਸਾਇੰਸ ਦੇ ਵਿੱਚ ਰਾਤ ਨੂੰ ਸੌਣ ਲੱਗੇ ਕਿਉਂਕਿ ਦੁੱਧ ਥੋੜਾ ਸੈਡੇਟਿਵ ਹੁੰਦਾ ਹੈਗਾ ਦੁੱਧ ਪੀਣ ਦੇ ਨਾਲ ਸਾਨੂੰ ਕੋਈ ਵੀ ਡਿਪਰੈਸੈਂਟ ਜਾਂ ਕੋਈ ਸਟਨ ਦਵਾਈਆਂ ਜਾਂ ਕੋ ਨੀਂਦ ਦੀਆਂ ਦਵਾਈਆਂ ਖਾਣ ਦੀ ਲੋੜ ਨਹੀਂ ਹੈ ਅਗਰ ਅਸੀਂ ਇੱਕ ਗਲਾਸ ਗਰਮ ਦੁੱਧ ਦੇ ਵਿੱਚ ਅੱਧਾ ਚਮਚ ਹਲਦੀ ਦਾ ਅੱਧਾ ਚਮਚ ਵੀ 1.5 ਗ੍ਰਾਮ 1.5 ਗ੍ਰਾਮ ਹਲਦੀ ਦਾ ਮਿਲਾ ਕੇ ਪੀਵਾਂਗੇ ਤਾਂ ਉਹਦੇ ਨਾਲ ਸਾਡਾ ਬਲੱਡ ਦੀ ਪਿਰੀਫਿਕੇਸ਼ਨ ਵੀ ਹੋਏਗੀ ਔਰ ਸਾਨੂੰ ਨੀਂਦ ਵੀ ਬਹੁਤ ਵਧੀਆ ਆਏਗੀ ਇਹ ਤਾਂ ਆ ਗਿਆ ਵੀ ਅਸੀਂ ਕੀ ਨਹੀਂ ਖਾਣਾ ਔਰ ਸਾਨੂੰ ਕੀ ਖਾਣ ਨਾਲ ਛੜਾ ਜਿਹੜਾ ਉਸ ਕੇ ਅੰਦਰ ਉਹ ਕਾਫੀ ਠੀਕ ਹੋ ਸਕਦਾ ਹੈਗਾ ਹੁਣ ਇਹਦੇ ਵਿੱਚ ਕੀ ਥੋੜੀ ਜਿਹੜੀ ਘਰੀ ਸਾਡੇ ਘਰੇ ਹੀ ਚੀਜ਼ਾਂ ਨਗੀਆਂ ਉਹਦੇ ਅਸੀਂ ਕੀ ਲੈ ਕੇ ਕਿਵੇਂ ਠੀਕ ਕਰ ਸਕਦੇ ਹਾਂਗੇ ਦੇਖੋ ਜਿੰਨੇ ਵੀ ਸ਼ਰਬਤ ਨੇਗੇ ਚਾਹੇ ਉਹ ਬ੍ਰੰਮੀ ਦਾ ਸ਼ਰਬਤ ਹੈ ਚਾਹੇ ਉਹ ਸੰਦਲ ਦਾ ਸ਼ਰਬਤ ਹੈ ਇੱਕ ਤਾਂ ਬ੍ਰੰਮੀ ਸੰਦਲ ਇਹ ਚੀਜ਼ਾਂ ਜਦੋਂ ਅਸੀਂ ਸ਼ਰਬਤ ਦੇ ਰੂਪ ਵਿੱਚ ਬਣਾ ਲੈਂਦੇ ਹਾਂ ਰੋਜ ਹੈਗਾ ਸ਼ਰਬਤ ਦੇ ਰੂਪ ਵਿੱਚ ਬਣਾ ਲੈਂਦੇ ਆ ਤਾਂ ਇਹਨਾਂ ਦੀ ਤਾਸੀਰ ਚੇਂਜ ਹੋ ਜਾਂਦੀ ਹੈ ਇਸਰਕੇ ਮੈਂ ਤੁਹਾਨੂੰ ਇਹ ਕਹਾਂਗੇ ਵੀ ਜਿਹੜੇ ਅਸੀਂ ਜਿੰਨੇ ਵੀ ਸ਼ਰਬਤ ਨੇ ਉਹਨਾਂ ਨੂੰ ਅਸੀਂ ਖਾਣਾ ਖਾਣ ਤੋਂ ਬਾਅਦ ਦੋ ਚਮਚ ਤਿੰਨ ਚਮਚ ਵੱਡੇ ਵਾਲੇ ਚਮਚ ਵੀ ਅਗਰ ਅੱਧੇ ਗਲਾਸ ਪਾਣੀ ਵਿੱਚ ਮਿਲਾ ਕੇ ਲਵਾਂਗੇ ਤਾਂ ਉਹਦੇ ਨਾਲ ਸਾਡਾ ਜਿਹੜਾ ਹੈ ਸਕਿਨ ਦੀਆਂ ਜਿੰਨੀਆਂ ਵੀ ਪ੍ਰੋਬਲਮ ਨੇਗੀਆਂ ਉਹ ਠੀਕ ਹੋਣੇ ਸ਼ੁਰੂ ਹੋ ਜਾਣਗੀਆਂ। ਜਾਂ ਜਿਹੜੇ ਕ੍ਰੋਨਿਕ ਪੇਸ਼ੈਂਟ ਨੇ ਉਹ ਸੋਰਾਈਸਿਸ ਦੇਣਗੇ ਜਾਂ ਕ੍ਰੋਨਿਕ ਪ੍ਰੋਬਲਮ ਹੈਗੇ ਨੇ ਤਾਂ ਉਹ ਅਲੱਗ ਚੀਜ਼ ਹੈ। ਲੇਕਿਨ ਮੈਂ ਤੁਹਾਨੂੰ ਦੱਸ ਰਿਹਾ ਵੀ ਅਸੀਂ ਘਰ ਵਿੱਚ ਜਿਹੜੀਆਂ ਚੀਜ਼ਾਂ ਪੀਂਆਂ ਨੇ ਰੀਚ ਸਟੇਜ ਤੇ ਕਿਵੇਂ ਠੀਕ ਕਰ ਸਕਦੇ ਹਾਂਗੇ ਇਹਦੇ ਵਿੱਚ ਸਭ ਤੋਂ ਵੱਡਾ ਰੋਲ ਹੈਗਾ ਕਚਨਾਰ ਔਰ ਕਸ਼ੋਰ ਦਾ ਕਚਨਾਰ ਵੀ ਇੱਕ ਪੇੜ ਹੈਗਾ ਜਿਹਦੇ ਵਿੱਚ ਜਦੋਂ ਅੱਗੇ Google ਬਣ ਕੇ ਸੀ ਕਚਨਾਰ Google ਵਿੱਚ ਕਨਵਰਟ ਕਰ ਦੇਵਾਂਗੇ ਅਗਰ ਅਸੀਂ オリジナル ਉਹਦਾ ਫਲ ਲੈ ਕੇ ਕਚਨਾਰ ਦਾ ਫਲ ਯੂਜ਼ ਹੁੰਦਾ ਹੈਗਾ ਇਹ ਗੱਲ ਬਹੁਤ ਧਿਆਨ ਨਾਲ ਸੁਣਨ ਵਾਲੀ ਹੈ ਫਲ ਔਰ ਸਕਿਨ ਜਿਹਨੂੰ ਅਸੀਂ ਸਟੈਮ ਦੀ ਉੱਪਰਲੀ ਛਾਲ ਕਹਿ ਦਿੰਦੇ ਆ ਅਗਰ ਕਚਨਾਰ ਦੀ ਛਾਲ ਨੂੰ ਰਾਤ ਨੂੰ ਅੱਧਾ ਗਲਾਸ ਦਾ ਇੱਕ ਗਲਾਸ ਪਾਣੀ ਦੇ ਵਿੱਚ ਭਿਉਂ ਕੇ ਰੱਖ ਲਿਏ ਉਹ ਸਵੇਰੇ ਉਹਨੂੰ ਛਾਣ ਕੇ ਪੀ ਲਿਏ ਔਰ ਉਹਦੇ ਨਾਲ ਸਾਡੇ ਜਿਹੜੇ ਜਿੰਨੇ ਵੀ ਸਕਿਨ ਦੇ ਡਿਜ਼ੀਜ਼ ਨੇਗੀਆਂ ਉਹ ਠੀਕ ਹੋਣੇ ਸ਼ੁਰੂ ਹੋ ਜਾਂਦੀਆਂ ਨੇਗੀਆਂ ਬਹੁਤ ਸਾਰੀਆਂ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਅਸੀਂ ਕਿਸੇ ਵੀ ਚੀਜ਼ ਨੂੰ ਮਾਤਰਾ ਤੋਂ ਜ਼ਿਆਦਾ ਲਵਾਂਗੇ ਉਹਦੇ ਸਾਈਡ ਇਫੈਕਟ ਵੀ ਹੁੰਦੇ ਨੇ ਚਾਹੇ ਗੁੰਦਕਤੀਰਾ ਵੀ ਹੈ ਗੁੰਦਕਤੀਰਾ ਬਹੁਤ ਅੱਛਾ ਹੈਗਾ ਇਹਦੇ ਵਾਸਤੇ ਸਾਨੂੰ ਪੀਣਾ ਚਾਹੀਦਾ ਹੈਗਾ ਠੰਡਾ ਹੁੰਦਾ ਹੈਗਾ ਪਰ ਉਹਦੇ ਵਿੱਚ ਵੀ ਅਗਰ ਅਸੀਂ ਉਸ ਨੂੰ ਜ਼ਿਆਦਾ ਮਾਤਰਾ ਵਿੱਚ ਲਵਾਂਗੇ ਕਈ ਵਾਰ ਉਹ ਐਸ.ਡੀ.ਟੀ ਕਰਦਾ ਹੈਗਾ ਇਸ ਤਿੰਨ ਜਿਵੇਂ ਦਹੀਂ ਹੈ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਦਹੀਂ ਐਸਡਿਕ ਹੁੰਦਾ ਹੈਗਾ ਬਹੁਤ سارے ਲੋਕਾਂ ਨੂੰ ਮੈਂ ਦੇਖਦਾ ਉਹ ਬਲਕਿ ਦਹੀਂ ਜ਼ਿਆਦਾ ਖਾਣਾ ਸ਼ੁਰੂ ਕਰ ਦਿੰਦੇ ਦਹੀਂ ਬਿਲਕੁਲ ਨਹੀਂ ਖਾਣਾ ਚਾਹੀਦਾ ਲੇਕਿਨ ਜਦੋਂ ਦਹੀਂ ਦੇ ਵਿੱਚ ਪਾਣੀ ਮਿਲਾ ਕੇ ਤੱਕੜ ਦਾ ਰੂਪ ਧਾਰਨ ਕਰ ਲੈਂਦਾ ਹੈਗਾ ਲੱਸੀ ਬਣ ਜਾਂਦੀ ਹੈ ਤਾਂ ਉਹਦੀ ਤਸੀਰ ਠੰਡੀ ਹੋ ਜਾਂਦੀ ਹੈ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਧਿਆਨ ਨਾਲ ਘਰ ਦੀਆਂ ਚੀਜ਼ਾਂ ਨੂੰ ਠੀਕ ਤਰੀਕੇ ਨਾਲ ਖਾਣਾ ਸ਼ੁਰੂ ਕਰ ਦਈਏ ਔਰ ਠੀਕ ਟਾਈਮ ਤੇ ਖਾਣਾ ਸ਼ੁਰੂ ਕਰ ਦਈਏ ਜਿਹੜਾ ਪਿੱਤ ਹੈਗਾ ਉਹ ਸਾਮਯ ਵਸਥਾ ਵਿੱਚ ਆ ਜਾਂਦਾ ਹੈਗਾ ਔਰ ਜਿੰਨੀਆਂ ਵੀ ਸਕਿਨਰ ਰਿਲੇਟਰ ਪ੍ਰੋਬਲਮ ਨਹੀਂ ਆ ਉਹ ਆਪਣੇ ਆਪ ਹੀ ਠੀਕ ਹੋਣੀ ਸ਼ੁਰੂ ਹੋ ਜਾਂਦੀਆਂ ਰਹਿ ਗਈਆਂ ਇਹ ਇਸ ਤੋਂ ਜੇ ਮੈਥਡ ਜਰ ਹਲਦੀ ਦਾ ਇਸਤੇਮਾਲ ਕਰੋ ਕਚਨਾਰ ਦਾ ਇਸਤੇਮਾਲ ਕਰੋ ਦਹੀਂ ਨੂੰ ਬੰਦ ਕਰੋ ਡਰਾਈ ਫਰੂਟ ਬੰਦ ਕਰੋ ਔਰ ਸਾਤਵਿਕ ਸਾਤਵਿਕ ਭੋਜਨ ਲਓ ਖਾਓ ਜੈਸਾ ਅ ਅਨ ਬੈਸਾ ਮੰ ਇਹਦੀ ਚੀਜ਼ਾਂ ਦਾ ਇਸਤੇਮਾਲ ਕਰੋਗੇ ਤਾਂ ਬਹੁਤ ਜ਼ਿਆਦਾ ਤੁਹਾਨੂੰ ਇਸ ਲਾਭ ਵੀ ਹੋਏਗਾ ਔਰ ਅਗੇ ਵਾਸਤੇ ਸਵਸਥ ਵੀ ਰਹੋਗੇ ਬਹੁਤ ਬਹੁਤ ਧੰਨਵਾਦ